ਸ਼ੁਕਰਾਨਾ ਜੀ ਕੀ ਆਖਦੇ ਹੋ ਅੱਜ ਦੇ ਦਿਨ ਦੇ ਬਾਰੇ ਵਿੱਚ ਅੱਜ ਦਾ ਦਿਨ ਬਹੁਤ ਪਿਆਰਾ ਹੈ ਜੀ ਅੱਜ ਦੇ ਦਿਨ ਦੂਸਰੋਂ ਸੇ ਪਿਆਰ ਮੁਹੱਬਤ ਕਾ ਇਜ਼ਹਾਰ ਕਰਤੇ ਹੈ ਲੋਕ ਬੱਚੇ ਆਤੇ ਹੈ ਗੁਬਾਰਾ ਹੈ ਵੈਲੈਂਟੇ ਦੇ ਦਿਓ ਜੀ ਇਹ ਆਈ ਲਵ ਯੂ ਦੇ ਜੋ ਇੱਕ ਦੂਸਰੇ ਕੋ ਦੇਖਤੇ ਹੈ ਖੁਸ਼ ਹੋਤੇ ਹੈ ਮੁਹੱਬਤੇ ਹੈ ਰੌਣਕੇ ਲੱਗੀ ਹੋਈ ਹੈ ਲੋਕ ਆਤੇ ਹੈ ਹਮਾਰਾ ਵੀ ਕਰੋ ਬਾਤ ਚੱਲ ਰਿਹਾ ਔਰ ਆਵਾਮ ਵੀ ਖੁਸ਼ ਹੈ ਖਾਦਮ ਰਜ਼ੀ ਸਾਹਿਬ ਕਹਤੇ ਹੈ ਕਿ ਗੁਬਾਰੇ ਲੈਣੇ ਵਾਲਾ ਬੇਚਣੇ ਵਾਲਾ ਸਭ ਲਾਂਤੀ ਹੈ ਆਪ ਕਿਆ ਕਹਤੇ ਹੈ ਦੇਖੋ ਜੀ ਇਹ ਤਾਂ ਇਸ ਮੈਂ ਅੱਲਾਹ ਪਾਕ ਨੇ ਰੋਜ਼ੀ ਲਿਖੀ ਹੋਈ ਹੈ ਇਹ ਕੋਈ ਲਾਂਤੀ ਵਾਲਾ ਕਾਮ ਲਾਂਤੀ ਵਾਲਾ ਕਾਮ ਹੋਤਾ ਹੈ ਕੋਈ ਮਨਸ਼ੀਆਤ ਫਰੋਸ਼ੀ ਕਰਨਾ ਜਾਂ ਕੰਜਰ ਨਚਾਉਣਾ ਜਾਂ ਆਮ ਕੋ ਕੰਜਰ ਤਾਂ ਨਹੀਂ ਨਚਾ ਰਹੇ ਆਪਣੀ ਮਜ਼ਦੂਰੀ ਕਰ ਰਹੇ ਹੈ ਬੱਚੇ ਆਤੇ ਹੈ ਗੁਬਾਰੇ ਲੈ ਕੇ ਜਾਤੇ ਹੈ ਲਾਨਤ ਲਾਨਤ ਤੋਂ ਉਹ ਅੱਲਾਹ ਪਾਕ ਨੇ ਫੈਸਲਾ ਕਰਨਾ ਜਾਂ ਮੌਲਾਨਾ ਰਿਜ਼ਵੀ ਸਾਹਿਬ ਨੇ ਫੈਸਲਾ ਕਰਨਾ ਫੈਸਲਾ ਤਾਂ ਅੱਲਾਹ ਪਾਕ ਨੇ ਕਰਨਾ ਕਿਸ ਨੇ ਜੰਨਤ ਮੈਂ ਜਾਣਾ ਕਿਸ ਨੇ ਦੋਜ਼ਖ ਮੈਂ ਜਾਣਾ ਇੱਕ ਦੂਸਰੇ ਕੋ ਲਾਮਤ ਕਰਨੇ ਸੇ ਬਿਹਤਰ ਨਹੀਂ ਹੈ ਇੱਕ ਦੂਸਰੇ ਸੇ ਪਿਆਰ ਸੇ ਮੁਹੱਬਤ ਸੇ ਖਲੂਸ ਕੇ ਸਾਥ ਬਾਤੇ ਕੀ ਜਾਏ ਆਪਸ ਮੈਂ ਮਿਲਾ ਜਾਏ ਖੇਲਾ ਜਾਏ ਯਹੀ ਹੋਤਾ ਖਾਦਮ ਰਜ਼ੀ ਵੀ ਕਹਤਾ ਹੈ ਕਿ ਬੇਚਣੇ ਵਾਲਾ ਲਾਂਤੀ ਖਰੀਦਣੇ ਵਾਲਾ ਲਾਂਤੀ ਇਹ ਉਸ ਕੇ ਬਾਦ ਕੀ ਬਾਤ ਨਹੀਂ ਹੈ ਫੈਸਲਾ ਤਾਂ ਰੱਬ ਲਾਲਮੀਨ ਨੇ ਕਰਨਾ ਨਾ ਜੀ ਪਿਆਰ ਮੁਹੱਬਤ ਇੱਕ ਦੂਸਰੇ ਸੇ ਕਰੇ ਅੱਛੇ ਤਰੀਕੇ ਸੇ ਬੋਲੇ ਤੋ ਉਸਮੇ ਯੇ ਲਾਂਤੀ ਹੋ ਜਾਤਾ ਹੈ ਇਨਸਾਨ ਅੱਛਾ ਗੁਬਾਰੇ ਲੈਣੇ ਵਾਲੇ ਕਿਸ ਤਰ੍ਹਾਂ ਕੇ ਲੋਕ ਹੋਤੇ ਹੈ ਜ਼ਿਆਦਾਤਰ ਬੱਚੇ ਆਤੇ ਹੈ ਬੜੇ ਆਤੇ ਹੈ ਬੱਚੋਂ ਕੋ ਸਾਥ ਲੈ ਕੇ ਆਤੇ ਹੈ ਉਨਕੇ ਲੀਏ ਜੀ ਵੈਲੈਂਟੇ ਹੈ ਚਲੋ ਜੀ ਇਹ ਦੇ ਦੋ ਜੀ ਆਈ ਲਵ ਯੂ ਵਾਲਾ ਹੈ ਵੈਲੈਂਟੇ ਵਾਲਾ ਦੇ ਦੋ ਲੋ ਲੈ ਰਹੇ ਹੈ ਜਾ ਰਹੇ ਹੈ ਬਸ ਇੱਕ ਦਿਨ ਹੋਤਾ ਹੈ ਫੰਕਸ਼ਨ ਕਾ ਅੱਛਾ ਬਸ ਅੱਲਾਹ ਕਾ ਸ਼ੁਕਰ ਹੈ ਹਮ ਕਹਤੇ ਹੈ ਇਸੀ ਤਰ੍ਹਾਂ ਸਾਰਾ ਸਾਲ ਲਗਾ ਰਹੇ ਯੇ ਖੁਸ਼ੀਆਂ ਆਤੀ